ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਿਓਰ ਨੀਲੀ ਰਾਵੀ ਦੀ ਝੋਟੀ ਤਾਜ਼ੀ ਸੂਈ ਵੀ ਅਤੇ ਚੰਗਾ ਵਿਸੇ ਬੱਚਾ ਮੇਲ ਕਾਫ ਆ ਨੀਲੀ ਰਾਵੀ 'ਚ ਅਤੇ ਚੰਗੇ ਬੱਚੇ ਪਾਉਂਦੇ ਆ, ਘਰੇਲੂ ਝੋਟੀ ਸੇਲ ਆ, ਡਿਟੇਲ ਵੀਰ ਤੋਂ ਪਹੁੰਚਦੇ ਆ। ਆਓ ਅੱਗੇ ਕਰੀਏ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਵੀਰੇ ਸਿਮਰਜੀਤ, ਪਿੰਡ ਸਾਪਾ, ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਪੈਗਾ ਜਿਹੜਾ ਕਹਿੰਦੇ ਆ ਕੋਲਡ ਸਾਪਾ। ਹਾਂ ਵੀਰੇ ਕੋਲਡ ਸਾਪਾ। ਇਹ ਮਲੇਰਕੋਟਲਾ ਤੋਂ ਕਿੰਨੀ ਦੂਰ ਹੈਗਾ ਪਿੰਡ? ਉਹ ਵੀਰੇ 20-25 ਕਿਲੋਮੀਟਰ ਆ ਬਸ। ਤੇ ਮਹਿਲਕਲਾ ਤੋਂ ਲਗਭਗ 12-13 ਹੋਣ? ਹਾਂ 10 ਕਿਲੋਮੀਟਰ ਹੈ ਵੀਰੇ ਇੱਥੋਂ। ਮਹਿਲਕਲਾ ਤੋਂ ਮੋਬਾਈਲ ਨੰਬਰ ਵੀਰ ਆਪਣਾ? 62802 ਵੀਰੇ 4375। 62802 ਹਾਂਜੀ 4375 4375। ਇਹ ਆਪਣੀ ਘਰ ਦੀ ਜਾਂ ਝੋਟੀ ਆ? ਹਾਂ ਵੀਰੇ ਘਰੀ ਪਾਲੀ ਆ ਆਪਾਂ ਝੋਟੀ ਵੀ। ਠੀਕ ਹੈ, ਕਿਹੜਾ ਸੂਆ ਸੂਈ ਆ ਹੁਣੇ? ਆ ਦੂਜੇ ਸੂਏ ਆ ਵੀਰੇ। ਦੂਜਾ ਸੂਆ ਤੇ ਬੱਚਾ ਇਹਨੇ ਦੇਤਾ ਮੇਲ ਕਾਫ, ਹਨਾ? ਹਾਂ ਹਾਂ ਵੀਰੇ। ਕਿਹੜੇ ਸਾਂਹ ਦਾ ਬੱਚਾ ਹੈ ਵੀਰੇ? ਆ ਬਿੱਲੇ ਨੇਤਰ ਦਾ। ਠੀਕ ਹੈ, ਸਿਮਰ ਰੱਖਿਆ। ਹਾਂ ਵੀਰੇ, ਉਹਦੇ ਦੋ ਟੀਕੇ ਭਰਾਏ ਸੀ। ਠੀਕ ਹੈ, ਬਿੱਲੇ ਨੇਤਰ ਦਾ ਇਹ ਆ ਗਿਆ ਬੱਚਾ ਮੇਲ ਕਾਫ, ਹਨਾ? ਹਾਂ ਹਾਂ। ਤੇ ਨਿਸ਼ਾਨੀਆਂ ਵਗੈਰਾ ਸਾਰੇ ਕਵਰ ਕਰਦਾ, ਬੱਚਾ ਮੰਨ ਕੇ ਚੱਲੇ ਪਾਲਣ ਵਾਲਾ ਮੇਲ ਕਾਫ, ਹਨਾ? ਹਾਂ ਹਾਂ ਵੀਰੇ, ਪੂਰੀਆਂ ਨਿਸ਼ਾਨੀਆਂ ਵਾਲੇ ਵੀਰੇ। ਪਹਿਲਾਂ ਹੀ ਮੇਰੀ ਕੱਟੀ ਆ ਇਹਦੀ, ਉਹਦੇ ਸਾਰੀਆਂ ਨਿਸ਼ਾਨੀਆਂ। ਠੀਕ ਹੈ, ਇਹ ਕੱਟੀ ਕਿਹੜੇ ਸੀਮਨ ਦੀ ਹੈ? ਮੇਲਾ ਵਗੈਰਾ ਮਾਰ ਗਈ ਹੋਣੀ? ਠੀਕ ਹੈ, ਚੋਣ ਜਵਾ ਓਕੇ ਆ? ਬਿਲਕੁਲ ਕੰਪੈਕਟ ਆਰਡਰ ਦੀ ਝੋਟੀ ਆ। ਸਿੰਘ ਦੇਖੋ ਮੱਥੇ ਤੋਂ ਨੀਵਾਂ, ਪਿਓਰ ਨੀਲੀ ਰਾਵੀ ਵਾਲਾ, ਤੇ ਬੱਚੇ ਵੀ ਕਰਮ ਵਾਲੀ ਸੋਹਣੇ ਪਾਉਂਦੇ ਆ। ਦੂਸਰਾ ਸੂਆ ਝੋਟੀ ਸੂਈ ਆ ਬੱਚਿਆ, ਪਿਛਲੇ ਸੂਈ ਦੇ ਫੀਮੇਲ ਕਾਫ ਤੁਸੀਂ ਇਕੱਠੀ ਦੇਖ ਸਕਦੇ, ਨਾਭੇ ਵਾਲੇ ਸੀਮਨ ਦੀ, ਤੇ ਇਸ ਵਾਰ ਇਹਨੇ ਦਿੱਤਾ ਬਿੱਲੇ ਨੇਤਰ ਦੇ ਮੇਲ ਕਾਫ ਨੂੰ ਜਨਮ। ਸੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਇਹਦੀ ਚਵਾਈ ਵੀ ਕਰਕੇ ਦਿਖਾ ਦਿੰਦੇ ਹਾਂ। ਸੋ ਵੀਰੋ ਖਾਲੀ ਬਾਲਟੀ ਦੇਖ ਸਕੋ, ਘਰ ਦੇ ਚਵਾਈ ਸ਼ੁਰੂ ਵੀਰੇ। ਸੋ ਖਾਲੀ ਬਾਲਟੀ ਦੇਖ ਸਕਦੇ, ਹੁਣ ਪੂਰਾ ਪਸਮਾ ਦੇ ਵਿੱਚ ਝੋਟੀ ਆ, ਤੇ ਧਾਰਾ ਵਗੈਰਾ ਦੇਖੋ। ਸੋ ਚੋੜ ਵਗੈਰਾ ਦੇਖੋ, ਪੂਰਾ ਮੋਟਾ ਸਾਫ ਸੁਥਰਾ, ਤੇ ਬਾਕੀ ਕੰਪੈਕਟ ਆਡਰ ਆ ਜਾਵਾ। ਤੇ ਬੱਚਾ ਵੀ ਮੇਲ ਕਾਫ ਦਿੱਤਾ ਬਿੱਲੇ ਨੇਤਰ ਦੇ ਨੇ, ਬਹੁਤ ਚੰਗਾ ਨਾਮੀ ਸਾਂਢ ਸੀ ਬਿੱਲਾ ਨੇਤਰ, ਉਹਦਾ ਮੇਲ ਕਾਫ ਆ। ਤੇ ਚੋਣ ਚ ਵੀਰੇ ਨਰਮਾ ਪੂਰੀ ਆ ਵਾ? ਹਾਂ ਵੀਰੇ, ਜਮਾਂ ਹੁੰਦੀ ਆ ਧਾਰ ਵੀਰੇ, ਕੋਈ ਮੂਟੀ ਦੇ ਹੋ ਤੋ ਨਹੀਂ। ਠੀਕ ਹੈ, ਤੇ ਅੱਜ ਹੋ ਗਿਆ ਇਹਨੂੰ 14 15 ਦਿਨ ਹੋ ਗਿਆ ਸੂਈ ਨੂੰ, ਹਨਾ? ਹਾਂ 13ਵਾਂ ਹੋ ਗਿਆ, 14 ਹੋ ਗਿਆ, 6 ਦਿਨ ਹੋ ਗਿਆ। ਠੀਕ ਹੈ, ਅੰਦਾਜ਼ਾ ਲਾਈ ਆਪਾਂ ਵੀ ਕਿੰਨਾ ਦੁੱਧ ਅੰਦਾਜ਼ਾ ਹੋਣਾ, ਕਹਿੰਦਾ ਕਿੰਨਾ ਰੈਡੀ ਹੋਊਗਾ? ਹੁਣ ਵੀਰੇ 15 ਤੋਂ ਪਲੱਸ ਹੀ ਹੋਊਗਾ ਦੁੱਧ ਤਾਂ ਲੱਗਦਾ ਜੀ। ਮਾਂ ਥੱਲੇ ਵੀਰੇ ਪਹਿਲਾਂ ਘਰ ਦੀ ਝੁੱਟੀ ਪਾਈ ਆ, ਉਹਦੇ ਥੱਲੇ ਆਏ 18 ਲੀਟਰ ਵੀ। ਠੀਕ ਹੈ ਵੀ, ਉਮੀਦ ਹੈ ਆਪਾਂ ਨੂੰ ਤੀਜੇ 'ਚ ਉੱਥੇ ਸਵੇਰ ਨੂੰ 18-19 ਕਿਲੋ ਵਾਲੀ ਮੈਂ ਮੰਨ ਵਾਲੀ ਹੈਗੀ ਹੈ। ਹਾਂ ਹਾਂ ਜੀ। ਅਤੇ ਸਵੇਰੇ ਫਿਰ ਕੈਕ ਵਿੱਚ ਚੋਈ ਕਰੀ ਸਾ ਭਾਈ ਜੀ ਅੱਜ? ਸਵੇਰੇ ਵੀਰੇ ਚੋਈ 5-5 ਵਜੇ। ਠੀਕ ਹੈ, ਹੁਣ ਉਹੀ ਟਾਈਮ ਹੋ ਗਿਆ, ਆਪਾਂ ਵੱਜ ਕੇ 5:45 ਹੁਣ, ਹਨਾ? ਹਾਂ ਵੀਰੇ, ਉਹੀ ਟਾਈਮ ਹੋ ਗਿਆ, ਅੱਧਾ 20 ਮਿੰਟ ਪਹਿਲਾਂ ਆਵਾ ਮੱਲਾ। ਹਾਂ ਹਾਂ ਵੀਰੇ, 5 ਵਜੇ ਸਵੇਰੇ ਲੱਗਦੇ ਹਾਂ। ਬਾਲਟੀ ਸੰਭਾਲ ਕੇ ਕਰ ਲਾ ਥੋੜ੍ਹੇ, ਦੁੱਧ ਡੋਲੀ ਆ ਦੁੱਧ। ਸੋ ਦੇਖੋ ਚਾਰੂ ਵਗੈਰਾ ਪੂਰੀ ਫੁੱਲ ਆ, ਨਾਲੇ ਜਿਵੇਂ ਹੋਰ ਨਹੀਂ ਕੋਈ ਰੌਲਾ ਵਗੈਰਾ ਪਈ ਜਾਂਦਾ, ਝੋਟੀ ਡਰੂ ਨਹੀਂ ਕਿਸੇ ਪਾਸਿਓ।
ਆ ਦੁੱਧ ਖਾਈ ਮੂਹਰਲੇ ਥਣਾਂ ਦਾ ਬੜਾ ਹਿੱਸਾ ਚੋ ਕੇ ਸਾਰੇ ਦਿਖਾ ਦੇ ਲਗਭਗ 3 ਕਿਲੋ ਦੀ ਗਾੜੀ ਹੈਗੀ ਪੌਣੇ 3 ਕਿਲੋ ਆ ਬਾਲਟੀ ਇੱਕ ਹੋਰ ਲਿਆ ਦਿਓ ਇੱਕ ਬਾਲਟੀ ਦੁੱਧ ਪੈਂਦਾ ਨਹੀਂ ਫਿਰ ਇਹਦਾ ਹਨਾ ਹਾਂ ਵੀਰੇ ਇਹ ਪੈਣਾ ਨਹੀਂ ਛੋਟੀ ਬਾਲਟੀ ਨੂੰ ਵੱਡੀ ਧਰਨੀ ਪੈਂਦੀ ਹੋਣੀ ਮਨ ਕੇ ਵੱਡੀ ਧਰਨੀ ਪੈਂਦੀ ਹੈ ਵੀਰੇ ਆ ਉਧਰ ਛੋਣੀ ਠੀਕ ਹੈ ਸਵਾਹ ਦੇਖੋ ਛੋਟੀ ਬਾਲਟੀ ਦੇ ਵਿੱਚ ਦੁੱਧ ਪੈਂਦਾ ਨਹੀਂ ਜਮਾ ਕੱਢਦੇ ਉੱਤੋਂ ਦੀ ਕੋਈ ਨਾ ਕਮਾਣਾ ਬੜਾ ਬੱਚੇ ਨੂੰ ਛੱਡਦੀ ਤੇ ਮੁੱਲ ਵਾੜੀ ਫਿਰ ਇਹਦਾ ਆਪਾਂ ਕੀ ਕਰਨਾ ਵੀਰੇ ਮੁੱਲ ਵੀਰੇ 1.5 ਲੱਖ ਫੋਨ ਤੇ ਕਰ ਦਾਂਗੇ ਵੀਰੇ ਇਹਦਾ ਮੁੱਲ ਚਲੋ ਠੀਕ ਹੈ ਮੁੱਲ ਮਾਰ ਲਾ 1.5 ਲੱਖ ਮਾਨਤਾਨ ਕਰ ਦਾਂਗੇ ਆਪਾਂ ਕੋਈ ਚੱਕਰ ਨਹੀਂ ਹਾਂ ਵੀਰੇ ਮਾਨਤਾਨ ਨੂੰ ਫੁੱਲ ਕਰ ਦਾਂਗੇ ਠੀਕ ਹੈ ਵੀ 1.5 ਲੱਖ ਰੁਪਏ ਆਪਾਂ ਮੁੱਲ ਰੱਖਿਆ ਇਹਦਾ ਸੋ 1.5 ਲੱਖ ਰੁਪਏ ਝੋਟੀ ਦੀ ਕੀਤੀ ਵੀਰ ਨੇ ਕੀਮਤ ਮਾਨ ਤਾਂ ਕਹਿੰਦਾ ਕੋਈ ਚੰਗੇ ਜਿਹੜਾ ਵੀਰ ਸੌਦਾ ਉੱਤੇ ਚਵਾ ਕੇ ਦੇ ਦਾਂਗੇ ਦੋ ਟਾਈਮ ਆਪਾਂ ਹਾਂ ਹਾਂ ਵੀਰੇ ਦਵਾਈ ਦੀ ਗਰੰਟੀ ਆ ਜਾ ਚਾਰ ਡੰਗ ਚੋਲਣ ਆਪਾਂ ਨੂੰ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਵੀਰੇ ਸੋ ਚਵਾਈ ਵੀਰ ਕਹਿੰਦਾ ਆਪਾਂ ਕਰਕੇ ਦੇਵਾਂਗੇ ਦੋ ਟਾਈਮ ਚੋਲੇ 3 ਟਾਈਮ ਚੋਲੇ ਸੌਦਾ ਕਰਕੇ ਵੀਰ ਨਾਲ ਤੁਸੀਂ ਫੋਨ ਤੇ ਚਵਾਈ ਕਰ ਸਕਦੇ ਹੋ ਤੇ ਝੋਟੀ ਅਸਲ ਦੁੱਧ ਵਾਲੇ ਜਮ ਨੀਲੀ ਰਾਵੀ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਅਤੇ ਬਾਕੀ ਸੂਈ ਸਵਾਈ ਜੇਰ ਜੱਪਾ ਕੰਮ ਸਾਰਾ ਡਾਨਾ ਅਤੇ ਨਵਾਂ ਹਾਣ ਝੋਟੀ ਹੈ ਕੋਈ ਇਹ ਨਹੀਂ ਬੁੱਢਾ ਬਣ ਵੀ ਸੂਏ ਦੇ ਵਿੱਚ ਆ ਜੈਨੂਅਨ ਦੂਜਾ ਸੂਆ ਘਰੇਲੂ ਵੀਰ ਦੀ ਘਰ ਦੀ ਝੋਟੀ ਪਾਲੀ ਹੋਈ ਹੈਗੀ ਅਤੇ ਦੂਸਰਾ ਸੂਆ ਸੂਈ ਵੀ ਬੱਚਾ ਮੇਲ ਕਾਫ ਆ ਬਿੱਲੇ ਨੇਤਰ ਦਾ ਹੈਂਜੀ ਠੀਕ ਹੈ ਸੋ ਦੱਸਦੇ ਵੀ 3 ਸਾਲ ਦੇ ਲਗਭਗ ਜਾ ਕੇ ਪਹਿਲੇ ਸੂਏ ਸੂ ਪੀ ਸੀ ਹੈ ਨਾ ਵੀਰੇ ਹਾਂ ਹਾਂ ਵੀਰੇ ਹੁਣ 4 ਸਾਲ ਦੀ ਆ ਠੀਕ ਹੈ ਹੁਣ ਇਹਦੀ ਉਮਰ ਹੈਗੀ ਆ 4.5-4 ਸਾਲ ਦੇ ਲਗਭਗ ਹੈਗੀ 4 ਸਾਲ ਦੇ ਹਾਂ ਬਸ ਇੱਥੇ ਦੀ ਉੱਤੇ ਠੀਕ ਹੈ ਸੋ ਝੋਟੀ ਜਿਹੜੇ ਹਿਸਾਬ ਨਾਲ ਚੱਲੀ ਪਈ ਦੁੱਧ ਤੋਂ ਸੋ ਕੁਆਲਿਟੀ ਵਾਲੀ ਝੋਟੀ ਆ ਪੂਰੀ ਕਿਸੇ ਵੀਰ ਨੇ ਮੁਕਾਬਲੇ ਵਗੈਰਾ ਲਾ ਲਿਆ ਕਿ ਹੋਰ ਡਾਈਟ ਵਗੈਰਾ ਕਰਕੇ ਸਾਂਭ ਕੇ ਵੀ ਤੀਜੇ ਸੂਏ ਨੂੰ ਅੱਗੇ ਜਾ ਕੇ ਨੀਲੀ ਰਾਵੀ ਦੇ ਮੁਕਾਬਲਿਆਂ ਦੇ ਵਿੱਚ ਖੜ ਦੁੱਧ ਚਵਾਈ ਦੇ ਵਿੱਚ ਆਉਣ ਵਾਲੀ ਝੋਟੀ ਆ ਜਮਾ ਇਹ ਅਤੇ ਬਾਕੀ ਚਵਾਈ ਵੀ ਦੇਖੋ ਲਗਭਗ 3 ਤੋਂ 3.5 ਮਿੰਟ ਦੇ ਵਿੱਚ ਚਵਾਈ ਕਰਨ ਵਾਲਾ ਕੰਮ ਹੈ ਇਹਦਾ ਚਾਰੇ ਥਾਣਾ ਮਾਨ ਦੁੱਧ ਇੱਕੋ ਜਿਹਾ ਹੀ ਆ ਵੀਰੇ ਕੋਈ ਵੱਧ ਘਾਟ ਨਹੀਂ ਹੈਗਾ ਕਿਸੇ ਥਾਂ ਤੇ ਸੋ ਦੇਖੋ ਇੱਕ ਬਾਲਟੀ ਜਿਵੇਂ ਉੱਪਰ ਦੀ ਕੱਢਤੀ ਹੋ ਵੀਰੇ ਲਗਭਗ 7-8 ਕਿਲੋ ਦੀ ਬਾਲਟੀ ਹੈ ਆ ਵੀਰੇ ਹਾਂ ਹੋ ਵੀਰੇ ਝੱਗ ਮਾਰ ਕੇ ਪੈ ਜਾਂਦਾ ਹੋਣਾ 7 ਕਿਲੋ ਹਾਂ ਹਾਂ ਪੈ ਜਾਂਦਾ ਵੀਰੇ ਜੇ ਆਪਾਂ ਜੱਟ ਸੌਦਾ ਲੀਟਰ ਲਾ ਕੇ ਚੱਲੀਏ ਟਾਈਮ ਤੋਂ ਟਾਈਮ 8 ਲੀਟਰ ਦੇ ਮੇਰੇ ਹਿਸਾਬ ਨਾਲ ਭਰ ਦੂ ਟਾਈਮ ਦੇ ਹਾਂ ਵੀਰੇ ਤੁਸੀਂ 8 ਆਪਾਂ ਤਾਂ 15 ਲੀਟਰ ਹੀ ਕਿਹਾ ਵੀਰੇ ਠੀਕ ਹੈ ਵੀ ਲੀਟਰ ਘੱਟ ਦੱਸਿਆ ਚੰਗਾ ਹਨਾ ਹਾਂ ਹਾਂ ਆਪਾਂ ਵੀ ਆਪਾਂ ਵੱਧ ਨਹੀਂ ਕਹਿੰਦੇ ਘੱਟ ਹੀ ਕਹਿੰਦੇ ਸੋ ਆ ਦੇਖੋ ਆ ਹੁੰਦੇ ਨੀਲੀ ਦਾ ਵੀ ਇੱਕ ਬਾਲਟੀ ਉੱਪਰ ਦੀ ਘੱਟ ਪਈ ਰਹਿੰਦੇ ਭਾਣੇ ਕੋਈ ਗੱਲ ਨਹੀਂ ਸੋ ਦੁੱਧ ਜਮਾ 16 ਲੀਟਰ ਹਾਜ਼ਰ ਆ ਪਰ ਕਈ ਵਾਰ ਹੱਥ ਦਾ ਕਰ ਜੇ ਉਪਰਾ ਬੰਦਾ ਆ ਜੇ ਪਾਈ ਆ ਖੰਡੇ ਇਧਰ ਉਧਰ ਹੋ ਜੇ ਹਨਾ ਹਾਂ ਵੀਰੇ ਬਾਲਾ ਨਹੀਂ ਬਸ ਇੰਨੇ ਇੰਨੇ ਹੀ ਆ ਠੀਕ ਆ ਜੇ ਹੋ ਗਿਆ ਉਹ ਜਿਹੜਾ ਘੱਟਦਾ ਨਹੀਂ ਯਾਰ ਵਧੂਗਾ ਵੀਰੇ ਠੀਕ ਹੈ ਸੋ ਦੇਖੋ ਜਮਾ ਝੋਟੀ ਨੇ ਪੈਰ ਨਹੀਂ ਪੱਟਿਆ ਜਮਾ ਨਵਾਂ ਹਾਣ ਝੋਟੀ ਆ 1.5 ਲੱਖ ਰੁਪਈਆ ਇਹਦਾ ਹੈਗਾ ਮੁੱਲ ਅਤੇ ਮਾਨਦਾਨ ਵੀਰ ਕਹਿੰਦਾ ਵਿੱਚੋਂ ਆਪਾਂ ਕਰਾਂਗੇ ਜ਼ਰੂਰ ਬੱਚਾ ਮੇਲ ਕਾਫ ਆ ਪਿੱਛੇ ਅਤੇ ਦੁੱਧ ਤੁਸੀਂ ਚਵਾਈ ਕਰਕੇ ਲੀਟਰਾਂ ਦਾ ਤਾਂ ਮਿਣ ਕੇ ਲਿਜਾ ਸਕਦੇ ਹੋ 2 ਟਾਈਮ 3 ਟਾਈਮ ਚਵਾਈ ਕਰ ਲਿਓ ਭਾਵੇਂ ਸੋ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰੀ ਅੱਜ ਤਰੀਕ ਹੋ ਲਗਭਗ ਮੈਂ ਕਹਿੰਦਾ ਅੱਜ 5 ਤਰੀਕ ਹਾਂ ਦੂਜਾ ਫੋਨ ਮੇਰਾ ਗੱਡੀ 'ਚ ਪਿਆ 5 ਤਰੀਕ ਨੂੰ ਆਪਾਂ ਵੀਡੀਓ ਕਵਰ ਕਰੀ ਆ ਮਣ ਕੇ ਦੇਖਣਾ ਮਣ ਕੇ ਦੇਖ ਹੋ ਭਾਂਡਾ ਕਰੇ ਹਾਂ ਹਾਂ ਉਹ ਲੀਟਰ ਲਿਆ ਦੋ ਲੀਟਰ ਲਿਆ ਦੋ ਮੇਰਾ ਜੀ ਪਾ ਕੇ ਚੱਕ ਲੈ ਪਾ ਕੇ ਤੁਸੀਂ ਆਪ ਚੱਕ ਲਓ ਜਾ ਕੇ ਸੋ ਦੇਖੋ ਬੱਚੇ ਨੂੰ ਵੀ ਮਾੜਾ ਮੋਟਾ ਵੀਰ ਨੇ ਛੱਡਿਆ ਸਵਾਹ ਦੇਖੋ ਜਮਾ
ਝੱਗ ਮਾਰ ਕੇ ਆਪਾਂ ਮਿਲ ਕੇ ਦਿਖਾਉਂਦੇ ਹਾਂ, ਦੁੱਧ ਚੱਕ ਲੈ ਵੀਰ ਉਹਦੇ, ਤੇ ਬੱਚੇ ਨੂੰ ਵੀ ਡੋਕੇ ਛੱਡੇ ਆਪਾਂ ਨਾ ਜਮਾ, ਬਸ ਉਹ ਲੈ ਥੋੜ੍ਹੇ ਦਿਨਾਂ ਦਾ ਠੰਡਾ, ਉਹ ਲੀਟਰ ਦੇ ਕਰਦੇ, ਖਾਲੀ ਲੀਟਰ ਕਰਦੇ, ਵਧੀਆ ਚਲਾ ਲੈ ਲਾਦੇ ਇੱਕ ਜੀ ਪਾ ਦੇ ਹੁਣ ਸਰ ਲੀਟਰ, ਲੀਟਰ ਮੂੰਹ ਤਾਂ ਕਰਕੇ ਦਿਖਾ ਦੀ ਕਰ, ਬਸ ਠੀਕ ਹੈ ਕਰ, ਬਾਲਟੀ ਨਾਲ ਲਾ ਲਾ ਬਰਫ ਪਈ ਚੱਲ, ਇੱਕ ਬਾਲਟੀ ਚੱਕ ਦਿਓ ਬਾਅਦ ਚੋਂ ਜੀ, ਖੜ ਜਾਓ, ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਲੀਟਰ, ਅੱਧਾ ਲੀਟਰ ਹੋ ਰਿਹਾ ਹੈਗਾ ਸਾਢੇ ਅੱਠ ਲੀਟਰ, ਅੰਦਾਜ਼ਾ ਵੀ 17 ਦਾ ਲੀਟਰ ਦੁੱਧ ਹੈਗਾ ਹਨਾ, ਆਪਾਂ ਜੱਟ ਸੌਦੇ ਲਾ ਕੇ ਦੱਸਿਆ ਸੀਗਾ ਆਪਾਂ 15 ਮੰਨ ਕੇ ਹੀ ਦਿੰਨੇ ਆ ਵੀ ਆਪਾਂ, ਪਰ ਆਪਾਂ ਮਿਣਿਆ ਦੁੱਧ ਅੱਜ ਹੀ ਹਨਾ, ਹਾਂਜੀ ਅੱਜ ਹੀ ਮਿਣਿਆ ਵੀਰੇ, ਅੱਗੇ ਦਾ ਇਹ ਬੱਚੇ ਨੂੰ ਛੱਡ ਦੇਣਾ, ਠੀਕ ਹੈ ਡੇਢ ਦੋ ਖਾਣਾ, ਦੁੱਧ ਤਾਂ ਮੇਰੇ ਖਿਆਲ 17 ਲੀਟਰ ਦੇ ਥੱਲੇ ਹੈਗਾ ਜਮਾ, ਹਾਂ ਵੀਰੇ ਚਲ ਥੋੜਾ ਹੀ ਮੰਨ ਲਓ ਤੁਸੀਂ ਵੀ 8 ਲੀਟਰ ਦਾ ਆਪਾਂ ਬਣਾ ਕੇ ਦੇ ਦਾਂਗੇ ਜਮਾ ਹਨਾ, ਹਾਂ ਵੀਰੇ, ਸੋ ਵੀਰੋ ਜਮਾ 1.5 ਲੱਖ ਮੰਗੇ ਦਾ ਸਵਾਦ ਫੇਰ ਆਉਂਦਾ ਲੀਟਰ ਭਰ ਕੇ ਮਿਣ ਕੇ ਦਿਖਾਏ ਜਾਂਦੇ ਆ, 17 ਲੀਟਰ ਬਣਦੇ ਆ ਮੰਨ ਕੇ ਚਲੋ ਵੀ, ਜਦੋਂ ਆਪਾਂ ਘਰੇਲੂ ਬੱਚੇ ਨੂੰ ਛੱਡ ਦੇਣਾ ਅੰਦਾਜ਼ਾ ਲਾ ਦੇਣੇ ਵੀ ਇੰਨਾ ਦੁੱਧ ਹੁੰਦਾ ਹਨਾ, ਆਪਣੇ ਦਸੱਲੀ ਆ ਜਾਏ ਚਾਰ ਡੰਗ ਚ ਹੋਵੇ ਕੋਈ ਉਹ ਗੱਲ ਨਹੀਂ ਹੈਗਾ, ਠੀਕ ਹੈ ਤੇ ਨੰਬਰ ਬੋਲ ਜੀ ਭਰਾ ਆਪਣਾ 62 43 75 ਨੀਲੀ ਰਾਵੀ ਝੋਟੀ ਆ, ਅਸਲ ਬ੍ਰੀਡ ਦੀ ਝੋਟੀ ਹੈਗੀ ਜਮਾ, ਕੋਈ ਪਤਾ ਨੀ ਕੋਹਿਨੂਰ ਦੀ ਕੀ ਪਤਾ ਕਿਹੜੇ ਦੀ ਆ, ਤੇ ਘਰੇਲੂ ਜਿਵੇਂ ਆਮ ਝੋਟੀ ਆ ਜਾਂਦੀ ਉਹ ਝੋਟੀ ਆ ਹਨਾ ਜਮਾ, ਪਰ ਇਹਦੇ ਬੱਚਾ ਹੁਣ ਚੰਗਾ ਆਪਾਂ ਟੀਕਾ ਰਖਾ ਕੇ ਭਰਾਇਆ ਹਨਾ ਜਮਾ, ਬੱਚੇ ਦੀ ਪੂਰੀ ਆਪਣਾ ਹੈਗਾ ਟੀਕਾ ਵੀ ਪਿਆ, ਜਿਵੇਂ ਹੁਣ ਕਹਿੰਦੇ ਮੇਲ ਕਾਫ 16-17 ਲੀਟਰ ਵਾਲੀ ਜਿਹੜਾ ਇਹਨੂੰ ਸਾਂਭੂ ਕੱਟੇ ਨੂੰ, ਇਹ ਵੀ ਕੰਮ ਆਉਣ ਵਾਲਾ ਕੱਟਾ ਹਨਾ, ਉਹੀ ਗੱਲ ਹੈ ਵੀਰੇ, ਠੀਕ ਹੈ, ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ, ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ।